ਇੱਕ 11 ਸਾਲ ਦਾ ਮਾਸੂਮ ਬੱਚਾ ਨਹਿਰ ਦੇ ਵਿੱਚ ਡੁੱਬ ਗਿਆ ਅਤੇ ਉਸ ਦੇ ਸਾਥੀ ਉਸ ਨੂੰ ਛੱਡ ਕੇ ਫਰਾਰ ਹੋ ਗਏ। ਦੱਸ ਦਈਏ ਕਿ 4 ਦੋਸਤ ਨਹਿਰ ਦੇ ਵਿੱਚ ਨਹਾਉਣ ਆਏ ਸੀ, ਜਿਨ੍ਹਾਂ ਦੇ ਵਿੱਚੋਂ ਇੱਕ 11 ਸਾਲ ਦਾ ਬੱਚਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬਹਿ ਗਿਆ ਤੇ ਬਾਕੀ ਬੱਚੇ ਉਸ ਨੂੰ ਡੁੱਬਦਾ ਦੇਖ ਕੇ ਉੱਥੋਂ ਭੱਜ ਗਏ। ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੋਂ ਦੀ ਸਰਹੰਦ ਨਹਿਰ ਹੈ ਜਿਸ ਦੇ ਵਿੱਚ ਇੱਕ 11 ਸਾਲ ਦਾ ਬੱਚਾ ਡੁੱਬ ਗਿਆ। ਜਿਸ ਤੋਂ ਬਾਅਦ ਸੂਚਨਾ ਮਿਲਣ ਤੇ NDRF ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ, ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਸਹਾਰਾ ਵੈਲਫੇਅਰ ਸੁਸਾਇਟੀ ਦੇ ਲੋਕ ਵੀ ਪਹੁੰਚੇ, ਪੁਲਿਸ ਪਹੁੰਚੀ ਅਤੇ NDRF ਦੀਆਂ ਟੀਮਾਂ ਨੇ ਮੋਰਚਾ ਸੰਭਾਲਿਆ। NDRF ਦੇ ਵੱਲੋਂ ਮੋਟਰ ਬੋਟ ਤੇ ਨਾਲ ਗੁੰਮ ਹੋਏ ਬੱਚੇ ਦੀ ਭਾਲ ਕੀਤੀ ਗਈ। ਬੱਚੇ ਦਾ ਹਾਲੇ ਤੱਕ ਕੋਈ ਥਾਂ ਪਤਾ ਨਹੀਂ ਲੱਗ ਸਕਿਆ, ਪਰ ਇੱਥੇ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਅਤੇ ਬੱਚਿਆਂ ਨੂੰ ਇੱਥੇ ਨਹਾਉਣ ਤੋਂ ਰੋਕਣ ਵਾਲਾ ਕੋਈ ਵੀ ਨਹੀਂ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਸੰਦੀਪ ਗਿੱਲ ਨੇ ਦੱਸਿਆ ਕਿ 4 ਬੱਚੇ ਸੀ ਜਿਹੜੇ ਇਸ ਨਹਿਰ ਦੇ ਵਿੱਚ ਨਹਾਉਣ ਆਏ ਸੀ ਸਰਹੰਦ ਕੈਨਾਲ ਦੇ ਵਿੱਚ, ਤੇ ਜਿਨ੍ਹਾਂ ਦੇ ਵਿੱਚੋਂ ਇੱਕ 11 ਸਾਲ ਜਿਸ ਬੱਚੇ ਦੀ ਉਮਰ ਸੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬਹਿ ਗਿਆ ਤੇ ਬਾਕੀ ਉਸ ਦੇ ਸਾਥੀ ਉਸ ਨੂੰ ਡੁੱਬਦਾ ਦੇਖ ਕੇ ਘਬਰਾ ਕੇ ਉੱਥੋਂ ਫਰਾਰ ਹੋ ਗਏ। ਸਰ, ਮੇਰਾ ਨਾਮ ਸੰਦੀਪ ਸਿੰਘ ਆ, ਸਹਾਰਾ ਜਨ ਸੇਵਾ ਵਲੰਟੀਅਰ ਆ। ਸਾਨੂੰ ਕਾਲ ਆਈ ਸੀ ਕਿ ਬਠਿੰਡਾ ਸਰਹੰਦ ਨਹਿਰ ਉੜੀਆ ਕਲੋਨੀ ਦੇ ਪੁਲ ਕੋਲੇ 4 ਬੱਚੇ ਨਹਾ ਰਹੇ ਸੀਗੇ ਤੇ ਪਾਣੀ ਦੇ ਵਿੱਚ ਡੁੱਬ ਗਏ, ਤੇ ਮੌਕੇ ਤੇ ਆ ਕੇ ਦੇਖਿਆ ਜੋ ਕਿ 3 ਬੱਚੇ ਤਾਂ ਬਾਹਰ ਨਿਕਲ ਗਏ, ਇੱਕ ਬੱਚਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ। ਬਾਕੀ ਸਹਾਰਾ ਟੀਮ ਤੇ NDRF ਟੀਮ ਲੱਗੀ ਹੋਈ ਰੈਸਕਿਊ ਕਰਨ ਵਾਸਤੇ, ਪਰ ਅੱਜ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। 3 ਬੱਚੇ ਡਰ ਦੇ ਮਾਰੇ ਭੱਜ ਗਏ, ਉਹਦੇ ਉਹ ਜਿਹੜਾ ਇੱਕ ਬੱਚਾ ਇਹਦੇ ਵਿੱਚ ਡੁੱਬਿਆ ਨਹਿਰ ਦੇ ਵਿੱਚ, ਉਹ ਪਤਾ ਨਹੀਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ। ਸਰ, ਕੋਈ ਆਪਣੇ ਪਹਿਲਾਂ ਵੀ ਇਸੇ ਥਾਂ ਤੇ ਕਾਫੀ ਵਾਰ ਬੱਚੇ ਡੁੱਬੇ ਆ ਸਰ। ਜਿਹੜਾ ਬੱਚਾ ਡੁੱਬਿਆ ਉਹਦੀ ਉਮਰ ਤਕਰੀਬਨ 11 ਸਾਲ ਆ ਸਰ। 11 ਸਾਲ ਤੇ ਪਹਿਲਾਂ ਜਿਹੜੇ ਭੱਜੇ ਗਏ ਉਹਨਾਂ ਦੀ ਉਮਰ ਕਿੰਨੀ? ਉਹਨਾਂ ਦੀ ਉਮਰ ਵੀ ਇੰਨੀ ਸੀ ਸਰ, ਉਹ ਡਰ ਦੇ ਮਾਰੇ ਭੱਜ ਗਏ ਜਦੋਂ ਇੱਕ ਬੱਚਾ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ। ਕੁਝ ਪਤਾ ਲੱਗੇ ਕਿੱਥੋਂ ਦੇ ਰਹਿਣ ਵਾਲੇ? ਨਹੀਂ ਸਰ, ਅਜੇ ਤੱਕ ਪਤਾ ਨਹੀਂ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਨਹੀਂ। ਬਾਕੀ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ, ਬਾਕੀ ਲੱਗਿਆ ਸਹਾਰਾ ਟੀਮ ਵੀ ਲੱਗੀ ਹੋਈ ਹੈ। ਕਿਹੜੀ ਟੀਮਾਂ ਆ ਗਈਆਂ? ਸਹਾਰਾ ਟੀਮ ਲੱਗੀ ਹੋਈ, NDRF ਵਗੈਰਾ ਲੱਗੀ ਹੋਈ ਹੈ, ਕਨਾਲ ਪੁਲਿਸ ਵੀ ਮੌਕੇ ਤੇ ਆ ਸਰ। ਕਿੰਨੇ? 4 ਸੀ ਮੁੰਡੇ? 4 ਸੀ ਸਰ, 3 ਤਾਂ ਨਿਕਲ ਗਏ ਸੀ, ਇੱਕ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਸਰ। ਸਾਨੂੰ ਅੱਜ PCR ਤੇ ਇਤਲਾਹ ਮਿਲੀ ਸੀ ਕਿ ਸਿਰਿਆਂ ਦੇ ਕਨਾਲ ਨਹਿਰ ਦੇ ਵਿੱਚ ਜਿਹੜੇ 4 ਬੱਚੇ ਨਹਾ ਰਹੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਬੱਚਾ ਡੂੰਘੇ ਪਾਣੀ ਦੇ ਵਿੱਚ ਚਲਾ ਗਿਆ। ਜੋ ਡੂੰਘੇ ਪਾਣੀ ਜਾਣ ਕਾਰਨ ਜਿਹੜਾ ਸੀ ਉਹ ਬੱਚਾ ਰੁੜ ਗਿਆ। 3 ਬੱਚੇ ਜਿਹੜੇ ਨਾਲ ਨਹਾ ਰਹੇ ਸੀਗੇ ਜਿਹੜੇ ਉਹ ਨਹਿਰ ਦੇ ਵਿੱਚੋਂ ਬਾਹਰ ਨਿਕਲ ਆਏ, ਜਿਸ ਦੇ ਸੰਬੰਧ ਵਿੱਚ ਅਸੀਂ ਪੁਲਿਸ ਪਾਰਟੀ ਸਮੇਤ ਇੱਥੇ ਮੌਕੇ ਤੇ ਆਏ। ਇੱਥੇ ਅਸੀਂ NDRF ਦੀ ਜਿਹੜੀ ਹੈਗੀ ਟੀਮ ਬੁਲਾਈ ਹੋਈ ਹੈ, NDRF ਦੀ ਟੀਮ ਦੇ ਗੋਤਾਖੋਰ ਤੇ ਹੋਰ ਜਿਹੜੀ ਮੋਟਰ ਬੋਟ ਦੇ ਵਿੱਚ ਜਿਹੜੇ ਹੈਗੇ ਪੂਰੀ ਟੀਮ ਵਰਕ ਕਰ ਰਹੀ ਹੈ। ਅਸੀਂ ਜਲਦੀ ਹੀ ਉਸ ਬੱਚੇ ਨੂੰ ਜਿਹੜਾ ਹੈਗਾ ਭਾਲਣ ਦੀ ਕੋਸ਼ਿਸ਼ ਕਰਦੇ।